ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀਓ ਕਿਸੇ ਭੈਣ ਵੱਲੋਂ ਇੱਕ ਸਵਾਲ ਪੁੱਛਿਆ ਗਿਆ ਸੀ ਵੀ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਬਾਣੀ ਦਾ ਸਹਿਜ ਪਾਠ ਹੈ ਉਹ ਸਾਨੂੰ ਕਿਸ ਟਾਈਮ ਵਿੱਚ ਕਿਸ ਸਮੇਂ ਵਿੱਚ ਜਾਨੀ ਕਿ ਸਵੇਰ ਵਾਲੇ ਸਮੇਂ ਵਿੱਚ ਜਾਂ ਫਿਰ ਦੁਪਹਿਰ ਵਾਲੇ ਸਮੇਂ ਵਿੱਚ ਜਾਂ ਫਿਰ ਸ਼ਾਮ ਵਾਲੇ ਸਮੇਂ ਦੇ ਵਿੱਚ ਕਿਸ ਸਮੇਂ ਸਾਨੂੰ ਸ਼ੁਰੂ ਕਰਨਾ ਚਾਹੀਦਾ ਹੈ ਅਤੇ ਸਮਾਪਤੀ ਕਰਨੀ ਚਾਹੀਦੀ ਹੈ ਤਾਂ ਸਾਧ ਸੰਗਤ ਜੀਓ ਅੱਜ ਆਉ ਗੁਰਬਾਣੀ ਸਿੱਖੀ ਅੱਜ ਦੇ ਇਸ ਪ੍ਰੋਗਰਾਮ ਵਿੱਚ ਮੈਂ ਆਪ ਸਮੂਹ ਸੰਗਤ ਦੇ ਨਾਲ ਇਸੇ ਹੀ ਟੋਪਿਕ ਤੇ ਇਸੇ ਹੀ ਵਿਸ਼ੇ ਦੇ ਸੰਬੰਧ ਵਿੱਚ ਬਹੁਤ ਹੀ ਅਹਿਮ ਜਾਣਕਾਰੀ ਸਾਂਝੀ ਕਰਨ ਜਾ ਰਿਹਾ ਤੇ ਆਪ ਸਮੂਹ ਸੰਗਤ ਨੂੰ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਆਪ ਵੀ ਦੇਖੋ ਤੇ ਹੋਰ ਨਾਸਿਕ ਸੰਤਾਂ ਨਾਲ ਵੀ ਵਾਦ ਤੋਂ ਵਾਦ ਚਰੂ ਸ਼ੇਅਰ ਕਰੋ ਜੀ। ਤੋਂ ਸਾਧ ਸੰਗਤ ਜੀ ਸਭ ਤੋਂ ਪਹਿਲੀ ਬੇਨਤੀ ਇਹਨੂੰ ਸੁਣੋ ਤੇ ਸਮਝੋ ਧਿਆਨ ਦੇ ਨਾਲ। ਸਾਧ ਸੰਗਤ ਜੀ ਜਿਵੇਂ ਮੈਂ ਅਕਸਰ ਆਪ ਸਮੂਹ ਸੰਗਤ ਦੇ ਚਰਨਾਂ ਵਿੱਚ ਬੇਨਤੀ ਕਰਦਾ ਹੁੰਦਾ ਹਾਂ। ਵੀ ਜੋ ਗੁਰੂ ਸਾਹਿਬ ਦੀ ਪਾਵਨ ਅਮਰਤਮੀ ਬਾਣੀ ਦਾ ਪਾਠ ਹੈ ਇਹ ਪਾਠ ਜਿਹੜਾ ਹੈ ਉਹ ਤੁਸੀਂ ਕਿਸੇ ਵਕਤ ਵੀ ਜਿਹੜਾ ਹੈ ਉਹ ਕਰ ਸਕਦੇ ਹੋ ਚਾਹੇ ਸਵੇਰ ਹੈ ਚਾਹੇ ਦੁਪਹਿਰ ਹੈ ਅਤੇ ਚਾਹੇ ਸ਼ਾਮ ਅਤੇ ਚਾਹੇ ਰਾਤ ਦਾ ਵਕਤ ਹੈ ਕਿਉਂਕਿ ਗੁਰੂ ਸਾਹਿਬ ਦੀ ਪਾਵਨ ਅਮਰਤਮੀ ਬਾਣੀ ਦਾ ਇੱਕ ਬੜਾ ਸੁੰਦਰ ਵਾਕ ਆ ਜੀ ਮਹਾਰਾਜ ਜੀ ਫਰਮਾਉਂਦੇ ਆ ਜੇ ਵੇਲਾ ਵਕਤ ਵਿਚਾਰੀ ਹੈ ਤਾਂ ਕਿਤ ਵੇਲਾ ਭਗਤ ਹੋਏ ਅੰਨ ਦਿਨ ਨਾਮੇ ਰਤਿਆਂ ਸੱਚੇ ਸੱਚੀ ਸੋਏ ਤੋਂ ਹੁਣ ਗੁਰੂ ਅਮਰਦਾਸ ਮਹਾਰਾਜ ਜੀ ਇਸ ਵਾਕ ਵਿੱਚ ਸਾਨੂੰ ਇਹ ਗੱਲ ਸਮਝਾ ਰਹੇ ਆ ਕਿ ਜੇਕਰ ਅਸੀਂ ਵੇਲਾ ਵੇਲਾ ਤੋਂ ਪਾ ਵੀ ਸਮਾ ਜੇਕਰ ਅਸੀਂ ਸਮੇਂ ਦੀ ਵਿਚਾਰ ਕਰਦੇ ਰਹੇ ਵੀ ਸਾਨੂੰ ਸਵੇਰੇ ਕਰਨਾ ਚਾਹੀਦਾ ਹੈ ਜਾਂ ਫਿਰ ਸਾਨੂੰ ਦੁਪਹਿਰ ਵੇਲੇ ਪਾਠ ਕਰਨਾ ਚਾਹੀਦਾ ਜਾਂ ਮਰ ਸਾਨੂੰ ਸ਼ਾਮ ਵੇਲੇ ਪਾਠ ਕਰਨਾ ਚਾਹੀਦਾ ਜੇਕਰ ਅਸੀਂ ਸਮੇਂ ਦੀ ਹੀ ਵਿਚਾਰ ਕਰਦੇ ਰਹੇ ਤਾਂ ਗੁਰੂ ਸਾਹਿਬ ਜੀ ਸਾਨੂੰ ਸਮਝਾਉਂਦੇ ਆ ਵੀ ਫਿਰ ਅਸੀਂ ਜਿਹੜੀ ਹੈ ਪਰਮੇਸ਼ਵਰ ਦੀ ਰੱਬ ਦੀ ਜਿਹੜੀ ਭਗਤੀ ਹੈ ਉਹ ਅਸੀਂ ਨਹੀਂ ਕਰ ਸਕਾਂਗੇ ਕਿਉਂਕਿ ਕਿ ਪਰਮੇਸ਼ਵਰ ਨੂੰ ਧਿਆਉਣ ਦਾ ਕੋਈ ਵੀ ਜਿਹੜਾ ਹੈ ਉਹ ਵੇਲਾ ਉਹ ਵਕਤ ਜਿਹੜਾ ਉਹ ਨਿਸ਼ਚਿਤ ਨਹੀਂ ਹੁੰਦਾ ਅਨੰਦਨਾਮੇ ਰੱਤਿਆ ਵੀ ਸਾਨੂੰ ਚਾਹੀਦਾ ਹੈ ਹਰ ਰੋਜ਼ ਹਰ ਵੇਲੇ ਹਰ ਸਮੇਂ ਪਰਿਪੂਰਨ ਪਰਮੇਸ਼ਵਰ ਦੇ ਨਾਮ ਦੇ ਵਿੱਚ ਸਾਨੂੰ ਜੁੜਨਾ ਚਾਹੀਦਾ ਹੈ ਸਦੀਵ ਕਾਲ ਥੇ ਰਹਿਣ ਵਾਲੇ ਸੱਚੇ ਪ੍ਰਭੂ ਦੇ ਨਾਮ ਨੂੰ ਸਾਨੂੰ ਧਿਆਉਣਾ ਚਾਹੀਦਾ ਹੈ ਹਾਂ ਉਹ ਗੱਲ ਵੱਖਰੀ ਹੈ ਜਿਵੇਂ ਮੈਂ ਅਕਸਰ ਬੇਨਤੀ ਕਰਦਾ ਹੁੰਨਾ ਵੀ ਜਿਹੜਾ ਅੰਮ੍ਰਿਤ ਵੇਲਾ ਹੈ ਵੀ ਉਹ ਸਾਨੂੰ ਜਰੂਰ ਸੰਭਾਲਣਾ ਚਾਹੀਦਾ ਹੈ ਜਬਰ ਸ਼ਾਮਾਂ ਦਾ ਜਿਹੜਾ ਵੇਲਾ ਹੈ ਰਹਿਰਾ ਸਾਹਿਬ ਦੀ ਪਾਵਨ ਬਾਣੀ ਦਾ ਉਹ ਵੀ ਜਰੂਰ ਸਾਨੂੰ ਸੰਭਾਲਣਾ ਚਾਹੀਦਾ ਹੈ ਹਾਂ ਪਰ ਜੇਕਰ ਕਿਸੇ ਵਕਤ ਮਜਬੂਰੀ ਵਾਸ ਤੁਹਾਡੇ ਕੋਲੋਂ ਅੰਮ੍ਰਿਤ ਵੇਲਾ ਖੁੰਝ ਜਾਂਦਾ ਹੈ ਤੇ ਤੁਸੀਂ ਆਪਣੇ ਮਨ ਨੂੰ ਛੋਟਾ ਨਾ ਕਰਨਾ ਅੰਮ੍ਰਿਤ ਵੇਲਾ ਖੁੰਝ ਗਿਆ ਤੇ ਕਿਸੇ ਵਹਿਮ ਭਰਮ ਚ ਨਹੀਂ ਪੈਣਾ ਤੁਸੀਂ ਅੰਮ੍ਰਿਤ ਵੇਲੇ ਤੋਂ ਬਾਅਦ ਜਿਹੜਾ ਅੱਗੇ ਸਵੇਰ ਦਾ ਵੇਲਾ ਆਏਗਾ ਉਸ ਵਕਤ ਤੁਸੀਂ ਮਹਾਰਾਜ ਦੀ ਬਾਣੀ ਦਾ ਪਾਠ ਕਰ ਸਕਦੇ ਹੋ ਤੇ ਫਿਰ ਰਹੀ ਗੱਲ ਸਾਧ ਸੰਗਤ ਜੀ ਜੋ ਗੁਰੂ ਸਾਹਿਬ ਦੀ ਪਾਵਨ ਬਾਣੀ ਦੇ ਸਹਿਜ ਪਾਠ ਨੂੰ ਆਰੰਭ ਕਰਨ ਦੀ ਅਤੇ ਸਮਾਪਤੀ ਕਰਨ ਦੀ ਇਸ ਵਰਥਾਏ ਮੈਂ ਇਹ ਬੇਨਤੀ ਕਰਨਾ ਚਾਹਾਂਗਾ ਸਾਨੂੰ ਕਿਸੇ ਵਹਿਮ ਭਰਮ ਚ ਨਹੀਂ ਪੈਣਾ ਚਾਹੀਦਾ ਵੀ ਸਾਨੂੰ ਸਹਿਜ ਪਾਠ ਦੀ ਜਿਹੜੀ ਅਰੰਭਤਾ ਹੈ ਉਹ 12 ਵਜੇ ਤੋਂ ਪਹਿਲਾਂ ਪਹਿਲਾਂ ਕਰਨੀ ਚਾਹੀਦੀ ਹੈ ਅਤੇ ਸਮਾਪਤੀ 12 ਵਜੇ ਤੋਂ ਬਾਅਦ ਕਰਨੀ ਚਾਹੀਦੀ ਹੈ ਕਿਉਂਕਿ ਮੈਂ ਬੇਨਤੀ ਕਰਨਾ ਚਾਹਾਂਗਾ ਇਹ ਸਭ ਟਾਂਗ ਤਰੀਕੇ ਦੇ ਨਾਲ ਬਹੁਤ ਸਾਰੇ ਵਹਿਮ ਭਰਮ ਜਿਹੜੇ ਹਨ ਉਹ ਸਾਡੇ ਸਿੱਖ ਸਮਾਲ ਦੇ ਲੋਕਾਂ ਵਿੱਚ ਪਾਈ ਜਾਂਦੇ ਹਨ ਜਿਵੇਂ ਅਖੰਡ ਪਾਠ ਦੀ ਸਮਾਪਤੀ ਕਰਨੀ ਹਰਮਤਾ ਕਰਨੀ ਕੋਈ ਕਹਿੰਦਾ ਹੈ ਵੀ ਖੁਸ਼ੀ ਦਾ ਜੇਕਰ ਸਮਾਗਮ ਹੈ ਖੁਸ਼ੀ ਦਾ ਜੇ ਮਾਹੌਲ ਹੈ ਤੇ ਅਖੰਡ ਪਾਠ ਗੁਰੂ ਸਾਹਿਬ ਦੀ ਪਾਵਨ ਬਾਣੀ ਦਾ 12 ਵਜੇ ਤੋਂ ਪਹਿਲਾਂ ਕਰੋ ਭੋਗ ਜਿਹੜਾ ਹੈ ਉਹ 12 ਵਜੇ ਤੋਂ ਪਹਿਲਾਂ ਹੀ ਪਾ ਦਿਓ ਤੇ ਕੋਈ ਕਹਿੰਦਾ ਹੈ ਵੀ ਜੇਕਰ ਦੁੱਖ ਦਾ ਕੋਈ ਸਮਾ ਹੈ ਸੋਗ ਦਾ ਕੋਈ ਮਾਹੌਲ ਹੈ ਕਿਸੇ ਦੇ ਮਰਨੇ ਪਰਨੇ ਦੇ ਸਬੰਧ ਵਿੱਚ ਜੇਕਰ ਅਸੀਂ ਮਹਾਰਤ ਦੀ ਬਾਣੀ ਦਾ ਪਾਠ ਰੱਖਣਾ ਹੈ ਤੇ ਉਸ ਪਾਠ ਦੀ ਜਿਹੜੀ ਸਮਾਪਤੀ ਹੈ ਉਹ ਸਾਨੂੰ 12 ਵਜੇ ਤੋਂ ਬਾਅਦ ਕਰਨੀ ਚਾਹੀਦੀ ਹੈ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਵੀ ਇਹ ਸਾਰੀਆਂ ਗੱਲਾਂ ਸਾਡੇ ਮਨ ਦੇ ਵਹਿਮ ਭਰਮ ਦੇ ਨਾਲ ਜੁੜੀਆਂ ਹੋਈਆਂ ਹਨ ਇਸ ਗੱਲ ਨੂੰ ਹਮੇਸ਼ਾ ਯਾਦ ਰੱਖੋ ਵੀ ਮਹਾਰਾਜ ਦੀ ਪਾਵਨ ਅਮਰਤਵੀ ਬਾਣੀ ਦਾ ਪਾਠ ਚਾਹੇ ਅਖੰਡ ਪਾਠ ਹੈ ਚਾਹੇ ਸਹਿਜ ਪਾਠ ਹੈ ਉਹ ਤੁਸੀਂ ਕਿਸੇ ਵਕਤ ਵੀ ਸ਼ੁਰੂ ਕਰ ਸਕਦੇ ਹੋ ਅਤੇ ਕਿਸੇ ਵਕਤ ਵੀ ਤੁਸੀਂ ਜਿਹੜਾ ਹੈ ਉਸ ਦੀ ਸਮਾਪਤੀ ਕਰ ਸਕਦੇ ਹੋ ਚਾਹੇ ਵਕਤ ਸਵੇਰ ਦਾ ਹੈ ਚਾਹੇ ਦੁਪਹਿਰ ਦਾ ਹੈ ਅਤੇ ਚਾਹੇ ਸ਼ਾਮਾਂ ਦਾ ਹੈ ਤੇ ਇਵਨ ਮੈਂ ਬੇਨਤੀ ਕਰਨਾ ਚਾਹਾਂਗਾ ਚਾਹੇ ਰਾਤ ਦਾ ਵੀ ਕਿਉਂ ਨਾ ਵਕਤ ਹੋਵੇ ਕਿਉਂਕਿ ਪਿਆਰਿਓ ਇਹ ਗੱਲ ਯਾਦ ਰੱਖੋ ਦਿਨ ਵੀ ਪਰਮੇਸ਼ਵਰ ਵਾਹਿਗੁਰੂ ਜੀ ਨੇ ਸਾਡੇ ਵਾਸਤੇ ਬਣਾਇਆ ਅਤੇ ਰਾਤ ਵੀ ਜਿਹੜੀ ਹੈ ਉਹ ਸਾਡੇ ਵਾਸਤੇ ਹੀ ਬਣਾਈ ਹੈ ਦਿਨ ਅਤੇ ਰਾਤ ਦਾ ਕਿਸੇ ਤਰ੍ਹਾਂ ਦਾ ਕੋਈ ਸਾਨੂੰ ਵਹਿਮ ਪਰਮ ਨਹੀਂ ਕਰਨਾ ਚਾਹੀਦਾ ਮਹਾਰਾਜ ਦੀ ਪਾਵਨ ਅੰਮ੍ਰਿਤਮਈ ਬਾਣੀ ਨੂੰ ਪੜ੍ਹ ਕੇ ਸਾਨੂੰ ਆਪਣੇ ਮਨ ਦੇ ਵਹਿਮਾਂ ਨੂੰ ਪਰਮਾਂ ਨੂੰ ਸਭੋ ਮਿਟਾਉਣਾ ਚਾਹੀਦਾ ਹੈ ਤੋ ਗੁਰਬਾਣੀ ਦਾ ਜਿਹੜਾ ਸਹਿਜ ਪਾਠ ਹੈ ਭਾਈ ਤੁਸੀਂ ਕਿਸੇ ਵਕਤ ਵੀ ਸ਼ੁਰੂ ਕਰ ਸਕਦੇ ਹੋ ਅਤੇ ਕਿਸੇ ਵਕਤ ਵੀ ਉਸ ਦਾ ਜਿਹੜਾ ਹੈ ਭੋਗ ਪਾ ਸਕਦੇ ਹੋ ਸਮਾਪਤੀ ਕਰ ਸਕਦੇ ਹੋ ਤੋ ਸਾਧ ਸੰਗਤ ਜੀ ਮੈਂ ਉਮੀਦ ਕਰਦਾ ਅੱਜ ਦੇ ਇਸ ਪ੍ਰੋਗਰਾਮ ਵਿੱਚ ਦਿੱਤੀ ਹੋਈ ਜਾਣਕਾਰੀ ਆਪ ਜੀ ਨੂੰ ਜ਼ਰੂਰ ਸਮਝ ਵਿੱਚ ਆ ਗਈ ਹੋਵੇਗੀ ਜੇ ਅੱਜ ਦਾ ਪ੍ਰੋਗਰਾਮ ਆਪ ਜੀ ਨੂੰ ਪਸੰਦ ਆਇਆ ਹੋਵੇ ਲਾਈਕ ਜ਼ਰੂਰ ਕਰਿਓ ਕਮੈਂਟ ਕਰਕੇ ਆਪਣੇ ਵਿਚਾਰ ਜ਼ਰੂਰ ਦਿਓ ਤੇ ਵਾਧੂ-ਵਾਧ ਸਿੱਖ ਸੰਗਤਾਂ ਨਾਲ ਜ਼ਰੂਰ ਸ਼ੇਅਰ ਕਰਿਓ ਜੀ ਸਾਰਿਆਂ ਦਾ ਤੈਦਲੋ ਧੰਨਵਾਦ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ